ਨੀਹਾਂ ਵਿੱਚ ਸਾਹਿਬਜ਼ਾਦਿਆਂ ਨੇ ਆਪਣਾ ਖੂਨ ਪਾਇਆ, ਸ਼ਹਾਦਤ ਪ੍ਰਾਪਤ ਕੀਤੀ। ਜੇਕਰ ਸ਼ਹਾਦਤ ਪ੍ਰਾਪਤ ਸਾਹਿਬਜ਼ਾਦੇ ਨਾ ਕਰਦੇ ਤੇ ਇਹਦੇ ਉੱਚੇ ਬੁਰਜ ਇੱਥੇ ਨਹੀਂ ਸੀ ਉਸਰਨੇ, ਬੁਰਜ ਨਹੀਂ ਸੀ ਉਸਾਰ ਜਾਣ। ਬੁਰਜ ਤਾਂ ਉਸਰੇ ਕਿਉਂਕਿ ਨੀਹਾਂ ਮਜ਼ਬੂਤ ਸਨ। ਨੀਹਾਂ ਦੇ ਵਿੱਚ ਸਾਹਿਬਜ਼ਾਦਿਆਂ ਨੇ ਆਪਣਾ ਖੂਨ ਪਾਇਆ ਤੇ ਬੁਰਜ ਉਸਰ ਗਏ। ਗੁਰਮੁਖ ਇੱਕ ਤਾਂ ਨੀਹਾਂ ਜਿੱਥੇ ਆਪਾਂ ਦਰਸ਼ਨ ਕਰਦੇ ਹਾਂ ਮੱਥਾ ਟੇਕਦੇ ਹਾਂ, ਇੱਕ ਬੁਰਜ ਹੈ ਜਿੱਥੇ ਆਪਾਂ ਦਰਸ਼ਨ ਕਰਦੇ ਹਾਂ ਮੱਥਾ ਟੇਕਦੇ ਹਾਂ। ਕੌਮ ਦੀਆਂ ਨੀਹਾਂ ਦੇ ਵਿੱਚ ਸਾਹਿਬਜ਼ਾਦਿਆਂ ਦਾ ਖੂਨ ਹੈ ਤੇ ਇੰਨੀ ਵੱਡੀ ਕੌਮ ਦੀ ਉਸਾਰੀ ਬੁਰਜ ਦੇ ਰੂਪ ਵਿੱਚ ਸਾਹਿਬਜ਼ਾਦਿਆਂ ਦੇ ਸੀਸ ਉੱਤੇ ਹੋਈ ਹੈ। ਸਾਹਿਬਜ਼ਾਦਿਆਂ ਦੇ ਸੀਸ ਉੱਤੇ ਬੁਰਜ ਦੀ ਉਸਾਰੀ ਹੋਈ ਹੈ, ਕੌਮ ਰੂਪੇ ਬੁਰਜ ਦੀ ਉਸਾਰੀ। ਜੇਕਰ ਸਾਹਿਬਜ਼ਾਦੇ ਇਹਦੀਆਂ ਮਹਾਨ ਅਦੁੱਤੀ ਲਾਸਾਨੀ ਸ਼ਹਾਦਤਾਂ ਪ੍ਰਾਪਤ ਨਾ ਕਰਦੇ ਤੇ ਕੌਮ ਦੇ ਬੁਰਜ ਗੁਰਮੁਖ ਨਹੀਂ ਸਨ ਉਸਰਨੇ। ਇਹ ਜਿਹੜੀ ਧਰਤੀ ਹੈ ਅਕਸਰ ਜ਼ਿਕਰ ਚੱਲਦਾ ਹੈ ਕਿ ਇਹ ਜਿਹੜੀ ਧਰਤੀ ਜਿੱਥੇ ਜੋਤੀ ਸਰੂਪ ਸਾਹਿਬ ਬਾਬਾ ਬੈਠੇ ਹੋਏ ਆ, ਦੀਵਾਨ ਟੋਡਰਮੱਲ ਜੀ ਨੇ ਮੋਹਰਾਂ ਖੜੀਆਂ ਕਰਕੇ ਮੁੱਲ ਖਰੀਦ ਕੇ ਮਾਤਾ ਜੀ ਦਾ ਤੇ ਸਤਿਗੁਰਾਂ ਦੇ ਲਾਲਾਂ ਦਾ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਹੈ। ਜੇਕਰ ਆਪਾਂ ਧਰਤੀ ਦੇ ਹਿਸਾਬ ਨਾਲ ਕੀਮਤ ਲਾਈਏ, ਕਿਉਂਕਿ ਇਹ ਤਾਂ ਅਮੁੱਲ ਹੀ ਹੈ, ਇਹਦਾ ਮੁੱਲ ਕੋਈ ਨਹੀਂ। ਅਕਸਰ ਜ਼ਿਕਰ ਹੁੰਦਾ ਹੈ ਕਿ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਇਹ ਹੈ ਜਿੱਥੇ ਦੀਵਾਨ ਟੋਡਰਮੱਲ ਜੀ ਨੇ ਮੋਹਰਾਂ ਖੜੀਆਂ ਕਰਕੇ ਮਾਤਾ ਜੀ ਦਾ ਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਹੈ। ਇਹ ਤੋਂ ਮਹਿੰਗੀ ਜ਼ਮੀਨ ਕੋਈ ਨਹੀਂ। ਗੁਰਮੁਖ ਜਿਵੇਂ ਜ਼ਮੀਨ, ਇਹ ਤੋਂ ਮਹਿੰਗੀ ਕੋਈ ਨਹੀਂ ਤੇ ਇੰਨਾ ਮਹਿੰਗਾ ਦੁੱਧ ਵੀ ਕਿਤੇ ਨਹੀਂ ਜੇ ਹੋਇਆ। ਮੋਤੀ ਰਾਮ ਜੀ ਵਹਿਰ ਦਾ ਜ਼ਿਕਰ ਹੋਇਆ, ਜਿਹਨੇ ਮਾਤਾ ਜੀ ਨੂੰ ਅਤੇ ਗੁਰੂ ਕੇ ਲਾਲਾ ਨੂੰ ਦੁੱਧ ਛਕਾਇਆ, ਸ਼ਹਾਦਤ ਪ੍ਰਾਪਤ ਹੋਈ, ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ। ਦੁੱਧ ਪਿਆਉਣ ਬਦਲੇ ਕਿ ਦੁੱਧ ਕਿਉਂ ਪਿਆਇਆ? ਗੁਰਮੁਖ ਇਸ ਧਰਤੀ ਦਾ ਸਭ ਤੋਂ ਵੱਡਾ ਜੁਰਮ ਵੀ ਇਸ ਧਰਤੀ ਤੇ ਹੋਇਆ ਤੇ ਸਭ ਤੋਂ ਵੱਡਾ ਪੁੰਨ ਵੀ ਇਸ ਧਰਤੀ ਤੇ ਹੋਇਆ, ਧਰਮ ਵੀ ਇਸ ਧਰਤੀ ਤੇ ਹੋਇਆ। ਜੁਰਮ ਇਹ ਹੋਇਆ ਕਿ 7 ਸਾਲ ਤੇ 9 ਸਾਲ ਦੇ ਸਤਿਗੁਰਾਂ ਦੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ। ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ ਤੇ ਧਰਮ ਵੀ ਸਭ ਤੋਂ ਵੱਡਾ ਇਸ ਧਰਤੀ ਤੇ ਇਹ ਹੋਇਆ ਕਿ ਉਹਨਾਂ 7 ਸਾਲ ਤੇ 9 ਸਾਲ ਦੀ ਉਮਰ ਦੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੇ ਨੀਹਾਂ ਵਿੱਚ ਆਪਾ ਤੇ ਚੜਵਾ ਲਿਆ ਪਰ ਦੀਨ ਕਬੂਲ ਨਹੀਂ ਕੀਤਾ। ਕਿਹੜਾ ਢੰਗ ਤਰੀਕਾ ਸੀ ਜਿਹੜਾ ਨਹੀਂ ਵਰਤਿਆ ਗਿਆ? ਸ਼ਾਮ, ਦਾਮ, ਰੰਗ, ਭੇਦ, ਹਰ ਇੱਕ ਤਰੀਕਾ ਸਾਹਿਬਜ਼ਾਦਿਆਂ ਦੇ ਨਾਲ ਵਰਤਿਆ ਗਿਆ, ਪਰ ਗੁਰੂ ਕਿਰਪਾ ਨਾਲ, ਗੁਰੂ ਮਿਹਰ ਨਾਲ ਉਹ ਹਰ ਇਮਤਿਹਾਨ ਵਿੱਚੋਂ ਪਾਸ ਹੋਏ ਤੇ ਮਹਾਨ ਸ਼ਹਾਦਤ ਪ੍ਰਾਪਤ ਕੀਤੀ। ਕਿਹੜੀ ਤਾਕਤ ਸੀ ਪਿੱਛੇ ਉਹਨਾਂ ਦੀ? ਉਹਨਾਂ ਦੇ ਪਿੱਛੇ ਸੀ ਗੁਰਮੁਖ ਬਾਣੀ ਦੀ ਤਾਕਤ, ਅੰਮ੍ਰਿਤ ਦੀ ਤਾਕਤ। ਉਹਨਾਂ ਕੋਲ ਸੀ ਮਾਤਾ ਪਿਤਾ ਦੀ ਸਿੱਖਿਆ, ਉਹਨਾਂ ਕੋਲ ਸੀ ਦਾਦੀ ਦੀ ਸਿੱਖਿਆ,
ਉਹਨਾਂ ਕੋਲ ਸੀ ਮਹਾਨ ਵਿਰਸਾ। ਸਵੇਰ ਦੱਸ ਰਹੇ ਸਨ ਕਿ ਸ਼ਾਸ਼ਰ ਬੇਗ ਤੇ ਬਾਸ਼ਰ ਬੇਗ ਸ਼ਹੀਦ ਕਰਨ ਲੱਗੇ ਤੇ ਕਹਿਣ ਲੱਗੇ ਕਿ ਅਸੀਂ ਖਾਨਦਾਨੀ ਜਲਾਬ ਹਾਂ ਤੇ ਅੱਗੋਂ ਸਾਹਿਬਜ਼ਾਦਿਆਂ ਨੇ ਉੱਤਰ ਦਿੱਤਾ ਤੁਸੀਂ ਖਾਨਦਾਨੀ ਜਲਾਬ ਹੋ ਤੇ ਅਸੀਂ ਖਾਨਦਾਨੀ ਸ਼ਹੀਦ ਹਾਂ। ਗੁਰਮੁਖ ਜੇਕਰ ਸਾਡੇ ਹਿਰਦੇ ਦੇ ਵਿੱਚ ਪਰਮੇਸ਼ਵਰ ਦਾ ਨਾਮ ਹੋਵੇ, ਬਾਣੀ ਹੋਵੇ, ਦੁਨੀਆਂ ਦਾ ਕੋਈ ਵੀ ਲਾਲਚ, ਸ਼ਾਮ, ਦਾਨ, ਦੰਦ, ਭੇਦ ਸਾਨੂੰ ਆਪਣੇ ਅਕੀਦੇ ਤੋਂ ਪਰੇ ਨਹੀਂ ਕਰ ਸਕਦਾ। ਸਾਨੂੰ ਗੁਰੂ ਕੀ ਬਾਣੀ ਪੜ੍ਹਨੀ ਚਾਹੀਦੀ ਹੈ, ਗੁਰੂ ਦਾ ਇਤਿਹਾਸ ਪੜ੍ਹਨਾ ਚਾਹੀਦਾ। ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਆਪਣੇ ਬੱਚਿਆਂ ਨੂੰ ਆਪਣੀ ਗੋਦ ਵਿੱਚ ਬਿਠਾ ਕੇ, ਆਪਣੇ ਕੋਲ ਬਿਠਾ ਕੇ ਗੁਰਬਾਣੀ ਸਰਵਣ ਕਰਵਾਇਆ ਕਰਨ। ਪਰਿਵਾਰ ਬੈਠ ਕੇ ਨਿਤਨੇਮ ਕਰਿਆ ਕਰੇ, ਸੋਦਾ ਬਹਿਰਾ ਸਾਹਿਬ ਦਾ ਸ਼ਾਮ ਨੂੰ ਪਾਠ ਕਰਿਆ ਕਰੇ। ਔਰ ਜਿਸ ਦਿਨ ਕਿਸੇ ਗੁਰੂ ਸਾਹਿਬਾਨ ਦਾ ਪ੍ਰਕਾਸ਼ ਪੁਰਬ ਹੋਵੇ, ਜੋਤੀ ਜੋਤ ਦਿਹਾੜਾ ਹੋਵੇ, ਸ਼ਹੀਦੀ ਦਿਹਾੜਾ ਹੋਵੇ, ਉਸ ਦਿਨ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਤੇ ਸ਼ਹੀਦੀ ਦੇ ਪ੍ਰਸੰਗ ਜਿਹੜੇ ਨੇ ਉਹ ਸੁਣਾਏ ਜਾਣ, ਤਾਂ ਕਿ ਸਾਡੇ ਬੱਚੇ ਬਾਣੀ ਅਤੇ ਬਾਣੀ ਦੇ ਵਿੱਚ ਪਰਪੱਕ ਹੋ ਸਕਣ। ਜੇਕਰ ਅਸੀਂ ਬਾਣੀ ਅਤੇ ਬਾਣੀ ਵਿੱਚ ਪਰਪੱਕ ਹੋਵਾਂਗੇ, ਅੰਮ੍ਰਿਤ ਧਾਰੀ ਹੋਵਾਂਗੇ, ਨਿਤ ਨੇਮੀ ਹੋਵਾਂਗੇ, ਤੇ ਦੁਨੀਆਂ ਦਾ ਕੋਈ ਵੀ ਲਾਲਚ, ਕੋਈ ਵੀ ਡਰ ਭੈ ਸਾਨੂੰ ਸਾਡੇ ਅਕੀਦੇ ਤੋਂ ਪਰੇ ਨਹੀਂ ਕਰ ਸਕਦਾ। ਕਿਉਂਕਿ ਹਰ ਤਰੀਕਾ ਪਹਿਲਾਂ ਵੀ ਵਰਤਿਆ ਜਾਂਦਾ ਰਿਹਾ ਤੇ ਹਰ ਤਰੀਕਾ ਅੱਜ ਵੀ ਸਰਕਾਰਾਂ ਦੇ ਵੱਲੋਂ ਵਰਤਿਆ ਜਾ ਰਿਹਾ, ਸ਼ਾਮ ਵੀ ਵਰਤਿਆ ਜਾ ਰਿਹਾ, ਦਾਮ ਵੀ ਵਰਤਿਆ ਜਾ ਰਿਹਾ, ਡੰਗ ਵੀ ਵਰਤਿਆ ਜਾ ਰਿਹਾ, ਭੇਡ ਵੀ ਵਰਤਿਆ ਜਾ ਰਿਹਾ। ਤੇ ਇਹ ਤਰੀਕੇ ਵਰਤ ਕੇ ਤੇ ਸਾਨੂੰ ਸਾਡੇ ਅਕੀਦੇ ਤੋਂ ਡੇਕਣ ਦਾ ਯਤਨ ਗੁਰਮੁਖੋਂ ਕੀਤਾ ਜਾ ਰਿਹਾ। ਬਾਣੀ ਅਤੇ ਬਾਣੀ ਜੋ ਧਾਰਨੀ ਹੋਈ ਹੈ, ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰੀਏ, ਪੰਥ ਦਾ ਵਾਧਾ ਲੋਚੀਏ, ਇੱਕ ਸੁਰਤਾ ਤੇ ਇੱਕ ਸਾਰਤਾ ਇਹ ਸਾਡੇ ਵਿੱਚ ਗੁਰਮੁਖੋਂ ਜ਼ਰੂਰ ਹੋਣੀ ਚਾਹੀਦੀ ਹੈ। ਪੰਜਾਬ ਦੇ ਵਿੱਚੋਂ ਪਿਛਲੇ ਦਿਨ ਇੱਕ ਆਵਾਜ਼ ਆਈ ਸੀ ਔਰ ਸਾਰੇ ਪੰਥ ਨੇ ਇੱਕ ਸੁਰ ਹੋ ਕੇ, ਇੱਕ ਸਾਰ ਹੋ ਕੇ ਉੱਚੀ ਆਵਾਜ਼ ਵਿੱਚ ਕਿਹਾ, ਨਹੀਂ ਇਹ ਗਲਤ ਹੈ, ਐਸਾ ਨਹੀਂ ਹੋ ਸਕਦਾ। ਸਾਹਿਬਜ਼ਾਦਿਆਂ ਨੇ ਤੇ ਜੈਕਾਰੇ ਛੱਡਦਿਆਂ ਹੋਇਆਂ ਹੱਸਦਿਆਂ ਹੱਸਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਮਾਤਮ ਕਾਹਦਾ। ਜੇਕਰ ਅਸੀਂ ਇੱਕ ਸੁਰ ਵਿੱਚ ਸੀ, ਇੱਕ ਸਾਰਤਾ ਵਿੱਚ ਸੀ ਤੇ ਸਰਕਾਰ ਨੂੰ ਉਹ ਜਿਹੜਾ ਐਲਾਨ ਸੀ ਉਹ ਵਾਪਸ ਲਿਆਉਣਾ ਪਿਆ। ਜਿਵੇਂ ਹੁਣੇ ਪ੍ਰਧਾਨ ਜੀ ਹੋਰਾਂ ਨੇ ਜ਼ਿਕਰ ਕੀਤਾ ਕਿ ਸਾਡੇ ਧਰਮ ਯੁੱਗ ਮੋਰਚੇ ਦੇ ਉਹ ਵੀਰ ਜਿਹੜੇ ਆਪਣੇ ਹੱਕਾਂ ਦੀ ਲੜਾਈ ਖਾਤਰ ਜੇਲ੍ਹਾਂ ਦੇ ਵਿੱਚ 30-30, 32-32 ਸਾਲਾਂ ਤੋਂ ਵੱਧ ਨੇ, ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਜੀ ਰਾਜੋਵਾਨਾ, ਜਿਹੜਾ ਫਾਂਸੀ ਦੀ ਚੱਕੀ ਦੇ ਬਿਲਕੁਲ ਕੋਲ ਹੈ, 17 ਸਾਲ ਤੋਂ ਫਾਂਸੀ ਦੀ ਚੱਕੀ ਵਿੱਚ ਬੈਠਾ, ਉਹਨਾਂ ਬੰਦੀ ਸਿੰਘਾਂ ਵਾਸਤੇ ਵੀ, ਭਾਈ ਬਲਵੰਤ ਸਿੰਘ ਰਾਜੋਵਾਲਾ ਵਾਸਤੇ ਵੀ ਸਾਨੂੰ ਸਾਰਿਆਂ ਨੂੰ ਇੱਕ ਸੁਰ ਤੇ ਇੱਕ ਸਾਰਤਾ ਦੇ ਨਾਲ ਗੁਰਮੁਖ ਬੋਲਣ ਦੀ ਲੋੜ ਹੈ। ਜੇਕਰ ਅਸੀਂ ਇੱਕ ਸੁਰ ਹੋ ਕੇ ਇੱਕ ਸਾਰਤਾ ਦੇ ਨਾਲ ਆਵਾਜ਼ ਚੁੱਕਾਂਗੇ ਤੇ ਨਿਸ਼ਚੇ ਹੀ ਸਾਡੀ ਜਿਹੜੀ ਜਿੱਤ ਹੈ ਉਹ ਗੁਰਮੁਖੋਂ ਜ਼ਰੂਰ ਹੋਏਗੀ। ਸੋ ਸਮੁੱਚੀਆਂ ਸੰਗਤਾਂ ਦਾ ਅੱਜ ਸ਼ਹੀਦਾਂ ਦੀ ਇਸ ਪਾਵਨ ਧਰਤੀ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ। ਉਹਦਾ ਇਹ ਹਿੱਸਾ ਸੀ ਕਿ ਇਸ ਧਰਤੀ ਦੇ ਹਿੱਸੇ ਸ਼ਹਾਦਤ ਆਈ, ਉਸ ਜੰਗ ਦੇ ਵਿੱਚ, ਯੁੱਧਾਂ ਦੇ ਵਿੱਚ ਲੜਾਈ ਕਾਹਦੀ ਸੀ? ਕੋਈ ਨਿੱਜ ਦੀ ਲੜਾਈ ਨਹੀਂ ਸੀ, ਕੋਈ ਰਾਜ ਸੱਤਾ ਦੀ ਲੜਾਈ ਨਹੀਂ ਸੀ, ਕੇਵਲ ਦਾ ਕੇਵਲ ਸਮਾਜ ਦੇ ਵਿੱਚ ਪਾਈਆਂ ਜਾ ਰਹੀਆਂ ਵੰਡੀਆਂ, ਵਰਨਵਾਦ, ਜਾਤ ਪਾਤ, ਊਚ ਨੀਚ ਨੂੰ ਖਤਮ ਕਰਨ ਲਈ ਸਤਿਗੁਰੂ ਜੀ ਨੇ ਸੰਘਰਸ਼ ਵਿੱਢੇ ਸੀ।
ਜਿਹਦੇ ਵਿੱਚ ਉਹ ਸਤਿਗੁਰੂ ਜੀ ਸਫਲ ਵੀ ਹੋਏ। ਅੱਜ ਵੀ ਦੇਖਣਾ ਪਊ, ਅੱਜ ਵੀ ਕਦੇ ਉਹ ਸਮਾਂ ਤਾਂ ਨਹੀਂ ਆ ਗਿਆ, ਅੱਜ ਵੀ ਕਦੇ ਉੱਧਰ ਨੂੰ ਤਾਂ ਨਹੀਂ ਤੁਰ ਪਏ ਕਿ ਜਿਸ ਬਿਲਡਿੰਗ ਵਿੱਚੋਂ ਸਤਿਗੁਰੂ ਜੀ ਨੇ ਸਾਨੂੰ ਬਾਹਰ ਕੱਢਿਆ ਸੀ, ਸਾਨੂੰ ਸੰਕਲਪ ਦਿੱਤਾ ਸੀ ਕਿ ਇਹ ਆਜ਼ਾਦ ਭਾਰਤ, ਇਹਦੇ ਵਿੱਚ ਸਾਡੀ ਕੋਈ ਨਿੱਜ ਦੀ ਲੜਾਈ ਗੁਰੂ ਸਾਹਿਬ ਦੀ ਨਹੀਂ ਸੀ, ਕੇਵਲ ਦਾ ਕੇਵਲ ਸਤਿਗੁਰੂ ਜੀ ਨੇ ਸਿਧਾਂਤਕ ਲੜਾਈ ਦਿੱਤੀ, ਗੁਰਸ਼ਬਦ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ, ਅੱਜ ਧੰਨ ਗੁਰੂ ਗ੍ਰੰਥ ਸਾਹਿਬ ਸਾਡੀ ਅਗਵਾਈ ਕਰਦੇ। ਸੋ ਮੈਂ ਇੱਕ ਹੋਰ ਸੁਨੇਹਾ ਬੇਨਤੀ ਕਰਕੇ ਤੁਹਾਡੇ ਤੋਂ ਖਿਮਾ ਲੈ ਲਵਾਂ, ਸਿੰਘ ਸਾਹਿਬ ਨੇ ਸੰਦੇਸ਼ ਦੇਣਾ। ਕੁਝ ਜਾਤਾਂ ਦੇ, ਕੁਝ ਫਿਰਕਿਆਂ ਦੇ, ਕੁਝ ਕਬੀਲਿਆਂ ਦੇ ਆਪਣੇ ਕਲਚਰ ਹੁੰਦੇ, ਉਹਨਾਂ ਦੀਆਂ ਮਰਿਆਦਾਵਾਂ ਹੁੰਦੀਆਂ। ਸਤਿਗੁਰੂ ਜੀ ਨੇ ਸਾਨੂੰ ਗੁਰਮਤਿ ਦੀਆਂ ਪਹਿਰਾਂ ਦਿੱਤੀਆਂ, ਗੁਰਮਤਿ ਦੇ ਸਾਨੂੰ ਸਿਧਾਂਤ ਦਿੱਤੇ। ਅੱਜ ਇੱਕ ਅਜੋਕਾ ਜਿਹਾ ਇੱਕ ਯਤਨ ਕੀਤਾ ਜਾਂਦਾ ਕਿ ਸਾਡੇ ਉਹਨਾਂ ਸਿਧਾਂਤਾਂ ਨੂੰ ਵੀ ਮਲਾ ਕੇ ਟੇਂਟ ਕਰਕੇ, ਜਿਹਨੂੰ ਕਹਿੰਦੇ ਨੇ ਆਪਾਂ ਇੱਕ ਮਿੱਠੀ ਗੋਲੀ ਜ਼ਹਿਰ ਦੇ ਵਿੱਚ ਦਿੱਤੀ ਜਾ ਕੇ ਉਹਨੂੰ ਟੇਂਟ ਕੀਤਾ ਜਾ ਰਿਹਾ। ਪਰ ਮੈਂ ਬੋਲਣਾ ਨਹੀਂ ਸੀ ਚਾਹੁੰਦਾ, ਇੱਥੋਂ ਪਰ ਧੰਨਵਾਦ ਕਰਦਾ ਕਿ ਜੇ ਕੁਛ ਕੀਤਾ ਸੀ ਵਾਪਸ ਕਰ ਲਿਆ। ਰਾਜਨੀਤਿਕ ਲੋਕੋ, ਤੁਸੀਂ ਧਰਮ ਦੀ ਗੱਲ ਕਰਨ ਲੱਗੇ 100 ਵਾਰੀ ਸੋਚਿਆ ਕਰੋ, ਪਹਿਲਾਂ ਤਾਂ ਤੁਹਾਨੂੰ ਕਰਨੀ ਨਹੀਂ ਚਾਹੀਦੀ, ਜੇ ਕਰਦੇ ਵੀ ਆ ਪਹਿਲਾਂ ਕਿਸੇ ਨਾਲ ਸਲਾਹ ਕਰ ਲਿਆ ਕਰੋ। ਇਹ ਗੁਰੂ ਪੰਥ, ਗੁਰੂ ਗ੍ਰੰਥ, ਗੁਰੂ ਖਾਲਸਾ, ਇਹਦੇ ਆਪਣੇ ਵਿਲੱਖਣ ਸਤਿਗੁਰੂ ਜੀ ਨੇ 239 ਸਾਲ ਇਸ ਧਰਤੀ ਤੇ ਸਰੀਰ ਰੂਪ ਹੋ ਕੇ ਅੱਜ ਜਾ ਕੇ ਗੁਰੂ ਗ੍ਰੰਥ ਸਾਹਿਬ ਸਾਡੀ ਅਗਵਾਈ ਕਰ ਰਹੇ ਹਨ। ਇੱਕ ਸਿਨੇਮਾ ਹੋਰ ਬੇਨਤੀ ਕਰਨੀ ਚਾਹੁੰਦਾ, ਅਸੀਂ ਕਈ ਵਾਰੀ ਛੋਟੇ ਹੋ ਜਾਂਦੇ ਹਾਂ, ਦੂਏ ਦੀ ਸੁਣਦੇ ਘੱਟ ਆ, ਸੁਣਾਉਂਦੇ ਬਹੁਤ ਆ। ਅੱਜ ਸਾਡੇ ਵਿੱਚ ਘਾਟ ਪੈ ਗਈ, ਜਿਹੜਾ ਬੰਦਾ ਸੁਣ ਲਵੇ ਚੰਗੀ ਤਰ੍ਹਾਂ ਉਹ ਸੁਣਾ ਵੀ ਸਕਦਾ। ਪਰ ਮੈਂ ਦੇਖਦਾ ਸਾਡੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ, ਇਹਦੇ ਲਈ ਵੀ ਅੱਜ ਯਤਨ ਹੋ ਰਹੇ ਆ। ਜਿਸਲੇ ਵੀ ਕਦੋਂ ਕੋਈ ਸਾਨੂੰ ਹਦਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁੰਦੀ ਆ, ਕੋਈ ਹੁਕਮਨਾਮਾ ਜਾਰੀ ਹੁੰਦਾ, ਹਰ ਇੱਕ ਸਿੱਖ ਦਾ ਫਰਜ਼ ਬਣਦਾ ਉਹਦੇ ਉੱਤੇ ਪਹਿਰਾ ਦੇਵੇ। ਔਰ ਪਿਛਲੇ ਸਮੇਂ ਦੌਰਾਨ ਕੁਛ ਸਾਡੇ ਕਲਚਰ ਨਾਲ ਏਦਾਂ ਦੇ ਲੰਘ ਵਰਤੇ ਗਏ ਜਿਹੜੇ ਪੰਥ ਨੇ ਕਬੂਲ ਨਹੀਂ ਕੀਤੇ। ਚਲੋ ਉਹਨਾਂ ਨੇ ਤਾਂ, ਉਹਨਾਂ ਨੂੰ ਮੈਂ ਕੋਸਦਾ ਨਹੀਂ, ਉਹਨਾਂ ਨੂੰ ਮੈਂ ਕੀ ਕਹਿਣਾ, ਉਹਨਾਂ ਦਾ ਆਪਣੀ ਬੋਧਨ ਫਰਜ਼ ਚਲਾਉਣਾ। ਪਰ ਪੰਥਕ ਜਿਹੜੇ ਬੰਦੀਆਂ ਵੀ ਕਾਰ ਤੱਕਦੇ ਹਦਾਇਤ ਤੋਂ ਲਾਂਭੇ ਹੋ ਜਾਈਏ, ਆਪਾਂ ਪੰਥਕ ਕਲੇਮ ਕਰਦੇ ਹਾਂ, ਉਹਨਾਂ ਨੂੰ ਮੈਂ ਸਿੱਧਾ ਕਹਿਣਾ ਚਾਹੁੰਦਾ ਕਿ ਹਦਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ, ਜਿੱਥੋਂ ਸਿੱਖ ਨੇ ਹਮੇਸ਼ਾ ਤਾਕਤ ਤੇ ਇੱਥੋਂ ਸਤਿਗੁਰੂ ਜੀ ਦੀ ਅਸੀਸ ਲੈਣੀ ਆ। ਰਾਜ ਸੱਤਾ 5 ਸਾਲਾਂ ਬਾਅਦ ਬਦਲ ਜਾਂਦੀ ਆ, ਕਦੇ ਕਿਸੇ ਕੋਲ ਕਦੇ ਕਿਸੇ ਕੋਲ। ਇਸ ਧਰਤੀ ਤੇ ਲੰਬਾ ਅਰਸਾ ਜਿਸ ਇੱਕ ਪਾਰਟੀ ਨੇ ਰਾਜ ਕੀਤਾ, ਅੱਜ ਕਿਧਰੇ ਲੱਭਦੇ ਵੀ ਨਹੀਂ। ਤੇ ਆਪਾਂ ਖਾਲਸੇ ਦੀਆਂ ਪਰੰਪਰਾਵਾਂ ਦੇ ਉੱਤੇ ਜਿਸਲੇ ਕੋਈ ਕਹਾਣ ਕਰਦਾ, ਯਤਨ ਕਰਦਾ, ਪੰਥਕ ਜਥੇਬੰਦੀਆਂ ਜ਼ਰੂਰ ਫੈਸਲਾ ਕਰਿਆ ਕਰੋ। ਉਸ ਵੇਲੇ ਆਪਾਂ ਫਿਰ ਉਹਨਾਂ ਦੀ ਲਪੇਟ ਵਿੱਚ ਆ ਜਾਂਦੇ ਹਾਂ। ਅਸੀਂ ਕੋਈ ਕਾਟੋ ਕਲੇਸ਼ ਨਹੀਂ ਚਾਹੁੰਦੇ, ਅਸੀਂ ਇਹ ਵੀ ਨਹੀਂ ਚਾਹੁੰਦੇ ਪੰਥ ਵਿੱਚ ਵੰਡੀਆਂ ਪੈਣ, ਪੰਥ ਤਾਂ ਇਕੱਠਾ ਹੋਵੇ।
ਨਾ ਟੱਪੋ ਨਾ ਟੱਪੋ ਨਾ ਟੱਪੋ ਨੂੰ ਖਾਲਸਾ ਪੰਥ ਦੀ ਸਭਾ ਵਾਸਤੇ ਚੜ੍ਹਦੀ ਕਲਾ ਕਰਿਓ, ਅੰਮ੍ਰਿਤ ਛਕੋ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲ ਪਾਏ। ਪਿੰਡ ਦਿਨ ਸਾਜਿਆ ਦਿੱਤਾ ਪੈਣ ਆਣ, ਆਪਣੇ ਪਾਇਆ ਮੇਰਾ ਸੱਸ ਗੁਰ ਪੂਰੈ, ਹੋਈ ਸਾ ਆਪਣੇ ਦਾਸ ਕੀ ਆਪ ਪੈਰ ਰਾਖੀ। ਆਹ